ਹੁਣ ਗੱਲ ਕਰਦੇ ਹਾਂ ਪਾਕਿਸਤਾਨ ਦੀ ਕੋਟ ਲਖਪਤ ਜੇਲ੍ਹ ਦੇ ਵਿੱਚ ਬੰਦ ਕੈਦੀ ਕਿਰਪਾਲ ਸਿੰਘ ਦੀ। ਕਿਰਪਾਲ ਸਿੰਘ ਦਾ ਅੱਜ ਉਸ ਦੇ ਜੱਦੀ ਪਿੰਡ ਮੁਸਫਾਬਾਦ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਬੀਤੇ ਦਿਨ ਕਿਰਪਾਲ ਸਿੰਘ ਦੀ ਲਾਸ਼ ਪਾਕਿਸਤਾਨ ਤੋਂ ਭਾਰਤ ਲਿਆਂਦੀ ਗਈ ਸੀ। ਸੰਸਕਾਰ ਮੌਕੇ ਹਾਲਾਂਕਿ ਕੋਈ ਵੀ ਸਿਆਸੀ ਲੀਡਰ ਕਿਸੇ ਵੀ ਪਾਰਟੀ ਦਾ ਨੁਮਾਇੰਦਾ ਨਹੀਂ ਪਹੁੰਚਿਆ, ਪਰ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਇਸ ਮੌਕੇ ਜ਼ਰੂਰ ਸ਼ਿਰਕਤ ਕੀਤੀ ਗਈ। ਇਸ ਮੌਕੇ ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਵੀ ਹਾਜ਼ਰ ਰਹੀ। ਦਲਬੀਰ ਕੌਰ ਕਾਫੀ ਸਾਲਾਂ ਤੋਂ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਕੈਦੀਆਂ ਦੀ ਰਿਹਾਈ ਲਈ ਸੰਘਰਸ਼ ਕਰ ਰਹੀ ਹੈ। ਦਲਬੀਰ ਕੌਰ ਨੇ ਇਸ ਮੌਕੇ ਪਾਕਿਸਤਾਨ ਦੇ ਖਿਲਾਫ਼ ਰੋਸ ਪ੍ਰਗਟਾਵਾ ਕਰਦਿਆਂ ਹੋਏ ਕਿਹਾ ਹੈ ਕਿ ਪਾਕਿਸਤਾਨ ਦੇ ਵਿੱਚ ਕਿਰਪਾਲ ਸਿੰਘ ਦਾ ਪੋਸਟਮਾਰਟਮ ਕਰਕੇ ਅੰਦਰੂਨੀ ਅੰਗ ਕੱਢੇ ਗਏ ਨੇ, ਜੋ ਕਿ ਗਲਤ ਹੈ, ਕਿਉਂਕਿ ਜੋ ਮੌਤ ਬਾਰੇ ਖੁਲਾਸੇ ਹੋਣੇ ਸੀ ਉਹਨਾਂ ਉੱਤੇ ਹੁਣ ਪਰਦਾ ਪੈ ਗਿਆ ਹੈ। ਕਿਰਪਾਲ ਸਿੰਘ ਕੋਟ ਲਖਪਤ ਜੇਲ੍ਹ 'ਚ 1992 ਦੇ ਬੰਦ ਸੀ, ਉਹਨਾਂ ਦਾ 11 ਤਰੀਕ ਨੂੰ ਉੱਥੇ ਐਕਸਪਾਇਰ ਹੋ ਗਏ ਨੇ। ਅਤੇ ਆਪਾਂ ਸੁਸ਼ਮਾ ਸਵਰਾਜ ਰਾਧਨਾ ਸਿੰਘ ਦਾ ਧੰਨਵਾਦ ਕਰਦੇ ਹਾਂ ਵੀ ਜਿਹੜਾ ਨੇ ਉਹਨਾਂ ਨੇ ਡੈੱਡ ਬੋਡੀ ਲੈ ਕੇ ਸਾਨੂੰ ਇੰਡੀਆ ਵਾਪਸ ਦਿੱਤੀ ਆ। ਅਤੇ ਆਪਾਂ ਪੰਜਾਬ ਗੌਰਮੈਂਟ ਕੋਲ ਇਹੋ ਹੀ ਮਤਲਬ ਕਹਿੰਦੇ ਹਾਂ ਵੀ ਜੋ ਸਰਬਜੀਤ ਨੂੰ ਫੈਸਿਲਿਟੀਆਂ ਦਿੱਤੀਆਂ ਗਈਆਂ ਉਹ ਸਾਨੂੰ ਪੂਰੀਆਂ ਉਹਨਾਂ ਨੇ ਐਲਾਨ ਕਰਤੀਆਂ। ਆਪਾਂ ਹੁਣ ਪ੍ਰਸ਼ਾਸਨ ਦਾ ਪੂਰਾ ਇਸ ਇਹੋ ਹੀ ਹੈਗਾ ਵੀ ਅੱਜ DC ਸਾਹਿਬ ਜੀ ਆਏ ਨੇ, SSP ਸਾਹਿਬ ਜੀ ਆਏ ਨੇ, ਤਹਿਸੀਲਦਾਰ ਸਾਹਿਬ ਜੀ ਆਏ ਨੇ, SDM ਸਾਹਿਬ ਜੀ ਆਏ ਨੇ, ਅਤੇ ਪ੍ਰਸ਼ਾਸਨ ਨੇ ਪੂਰਾ ਸਾਡਾ ਸਾਥ ਦਿੱਤਾ ਜੀ। ਜਿੱਦਾਂ ਕਿ ਮੈਂ 2011 ਦੇ ਵਿੱਚ ਪਾਕਿਸਤਾਨ ਹਾਈ ਕੋਰਟ ਤੋਂ ਇੱਕ ਸੂਚੀ ਪ੍ਰਾਪਤ ਕੀਤੀ ਸੀ ਕਿ ਸਾਡੇ ਕਿੰਨੇ ਹਿੰਦੁਸਤਾਨੀ ਪਾਕਿਸਤਾਨ ਦੀਆਂ ਜੇਲ੍ਹਾਂ 'ਚ ਬੰਦ ਹੈ, ਤਾਂ ਮੈਨੂੰ 74 ਕੈਦੀਆਂ ਦੇ ਨਾਮ ਮਿਲੇ ਸੀਗੇ। 17 ਕੈਦੀਆਂ ਦੇ ਨਾਮ ਜਿਨ੍ਹਾਂ ਦੇ ਬਾਰੇ ਮੈਨੂੰ ਪਤਾ ਔਰ ਜਿਨ੍ਹਾਂ ਦੇ ਪੇਰੈਂਟਸ ਮੈਨੂੰ ਮਿਲੇ ਔਰ ਉਹਨਾਂ ਦੇ ਖੱਤ ਦਿੱਤੇ ਗਏ, ਔਰ ਜਿੱਦਾਂ 65 ਔਰ 71 ਦੇ ਕੈਦੀ ਜਿਹੜੇ ਕਿ ਮੈਨੂੰ ਸਰਬਜੀਤ ਨੇ ਖੁਦ ਦੱਸਿਆ ਸੀ ਕਿ ਉਹਨਾਂ ਨੂੰ ਕਿਲੇ 'ਚ ਬੰਦ ਕੀਤਾ ਹੋਇਆ। 350 ਤੋਂ ਵੱਧ ਕੈਦੀ ਜਿਹੜੇ ਨੇ ਉਹ ਪਾਕਿਸਤਾਨ ਦੀਆਂ ਜੇਲ੍ਹਾਂ 'ਚ ਬੰਦ ਨੇ, ਔਰ ਮੈਂ ਜ਼ੁਬਾਨੀ ਉਹਨਾਂ ਦੇ ਨਾਲ ਵੀ ਗੱਲ ਕਰਕੇ ਆਈ ਹਾਂ ਸੁਸ਼ਮਾ ਜੀ ਨੂੰ, ਲੇਕਿਨ ਸਾਡੇ ਕੋਲ ਇੱਕ ਪਕਸ਼ ਬਹੁਤ ਮਜ਼ਬੂਤ ਹੈ ਜਿਹੜਾ ਕਿ 74 ਕੈਦੀਆਂ ਦੀ ਲਿਸਟ ਮੈਂ ਹਾਈ ਕੋਰਟ ਤੋਂ ਜਿਹੜੀ ਉਹਨਾਂ ਤੋਂ ਪ੍ਰਾਪਤ ਕੀਤੀ ਹੈ, ਜਿਸ ਵਿੱਚ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਕੈਦੀ ਨੇ ਉਹ ਇਸ ਵੇਲੇ ਲਾਹੌਰ ਦੀ ਜੇਲ੍ਹ 'ਚ ਬੰਦ ਨੇ, ਔਰ ਲਾਹੌਰ ਦੀ ਜੇਲ੍ਹ 'ਚੋਂ ਹੀ ਕੁਝ ਕੈਦੀ ਨੇ ਜਿਨ੍ਹਾਂ ਦੇ ਆਪਣੇ ਘਰਾਂ ਦੇ ਵਿੱਚ ਖੱਤ ਆਉਂਦੇ ਨੇ। ਅਤੇ ਇਸ ਵਿਹਾਵ ਨੂੰ ਲੈ ਕੇ ਉੱਪਰ ਸਖਤੀ ਦੇ ਨਾਲ ਸਾਡੀ ਸਰਕਾਰ ਜਿਹੜੀ ਹੈ ਉਹ ਇੱਕ ਠੋਸ ਕਦਮ ਉਠਾ ਸਕਦੀ ਹੈ, ਆਪਣਾ ਪਕਸ਼ ਰੱਖ ਸਕਦੀ ਹੈ, ਇਹਦੇ 'ਚ ਸਹਾਇਤਾ ਮਿਲਦੀ ਹੈ, ਤਾਂ ਮੈਂ ਤਦ ਤੱਕ ਉਹਨਾਂ ਦੇ ਦਰ 'ਤੇ ਆਉਂਦੀ ਜਾਂਦੀ ਰਹਾਂਗੀ ਜਦ ਤੱਕ ਕਿ ਮੈਨੂੰ ਪੂਰਨਤਾ ਵਿਸ਼ਵਾਸ ਨਹੀਂ ਹੋ ਜਾਂਦਾ ਕਿ ਸਾਡੀ ਸਰਕਾਰ ਹਲਚਲ 'ਚ ਆਈ ਹੈ, ਔਰ ਹੁਣ ਤਾਂ ਇਹਨਾਂ ਨੂੰ ਆਉਣਾ ਚਾਹੀਦਾ। ਸਰਦਾਰ ਕਿਰਪਾਲ ਸਿੰਘ ਜੀ ਅੰਮ੍ਰਿਤਸਰ ਲਾਹੌਰ ਲਖਪਤ ਰਾਏ ਜੇਲ੍ਹ ਦੇ ਵਿੱਚ ਮੌਤ ਹੋਈ ਸੀ, ਉਹਨਾਂ ਦੀ ਡੈੱਡ ਬੋਡੀ ਜਿਹੜੀ ਹੈ ਉਹ ਕੱਲ੍ਹ ਅੰਮ੍ਰਿਤਸਰ 'ਚ ਆਈ ਸੀ, ਅਤੇ ਸਾਡੇ ਅਸੀਂ SDM ਬਟਾਲਾ ਦੀ ਡਿਊਟੀ ਲਾਈ ਸੀ ਅਤੇ ਉਹ SDM ਬਟਾਲਾ ਉਹਨੂੰ ਲੈ ਕੇ ਕੱਲ੍ਹ ਆਏ ਸੀ। ਇਸ ਦੇ ਵਿੱਚ ਪਰਿਵਾਰ ਨੇ ਇੱਕ ਕਿਹਾ ਸੀਗਾ ਕਿ ਉਹਨਾਂ ਦਾ ਉਹ ਦੁਬਾਰਾ ਪੋਸਟਮਾਰਟਮ ਕਰਵਾਉਂਦੇ ਸੀ, ਅਤੇ ਡਿਸਟ੍ਰਿਕਟ ਮੈਜਿਸਟ੍ਰੇਟ ਅੰਮ੍ਰਿਤਸਰ ਦੇ ਨਾਲ ਕੰਟੈਕਟ ਕਰਕੇ ਉਹਨਾਂ ਦਾ ਦੁਬਾਰਾ ਜਿਹੜਾ ਪੋਸਟਮਾਰਟਮ ਕਰਵਾ ਦਿੱਤਾ ਗਿਆ। ਅਤੇ ਅੱਜ ਜਿਹੜੀ ਫਿਰ ਰਾਤ ਕੱਲ੍ਹ ਹੀ ਲੇਟ ਹੋ ਗਈ ਸੀ, ਪਰਿਵਾਰ ਨਾਲ ਸਲਾਹ ਕੀਤੀ ਗਈ ਅਤੇ ਪਰਿਵਾਰ ਦੇ ਮੈਂਬਰਾਂ ਨੇ ਕਿਹਾ ਸੀ ਕਿ ਉਹ ਸਵੇਰੇ ਜਿਹੜਾ ਇਹਨਾਂ ਦਾ ਅੰਤਿਮ ਸੰਸਕਾਰ ਕਰਨਗੇ। ਅਤੇ ਅੱਜ ਸਵੇਰੇ ਅਸੀਂ ਜਿਹੜਾ ਹੈਗਾ ਪੂਰੀ ਸੁਰੱਖਿਆ ਅਧੀਨ ਅਤੇ ਪੂਰੇ ਸਾਡੇ ਜਿਹੜੇ ਪੂਰੇ ਨਿਯਮਾਂ ਅਨੁਸਾਰ ਅਸੀਂ ਉਹਨਾਂ ਦੀ ਜਿਹੜੀ ਡੈੱਡ ਬੋਡੀ ਦੀ ਅੱਜ ਇੱਥੇ ਕਰਮੇਸ਼ਨ ਪਰਿਵਾਰ ਵੱਲੋਂ ਕੀਤੀ ਗਈ।